ਪਟਾਲੇ ਸ਼ਹਿਰ ਦੇ ਵਿੱਚ ਸਾਡੇ ਆਰ ਟੀ ਐਮ ਸਾਹਿਬ ਦਾ ਟੈਸਟ ਅਸੀਂ ਦਿੱਤਾ ਸੀ ਔਰ ਉਹ ਪੌਜ਼ਟਿਵ ਆਇਆ। ਬਟਾਲੇ ਸ਼ਹਿਰ ਦੀ ਜਨਤਾ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਇਸ ਪ੍ਰਕੋਪ ਤੋਂ ਬਚਣ ਲਈ ਪੂਰੀਆਂ ਸਾਵਧਾਨੀਆਂ ਵਰਤੋਂ। ਜਿਸ ਵੀ ਕਿਸੇ ਪੇਸ਼ੈਂਟ ਨੂੰ, ਬੰਦੇ ਨੂੰ, ਔਰਤ ਨੂੰ, ਬੱਚੇ ਨੂੰ ਖਾਂਸੀ, ਜ਼ੁਕਾਮ, ਗਲਾ ਖਰਾਬ, ਬੁਖਾਰ, ਸਾਹ ਚੜ੍ਹਦਾ ਹੋਵੇ, ਮੂੰਹ ਦਾ ਟੇਸਟ ਨਾ ਪਤਾ ਲੱਗਦਾ ਹੋਵੇ ਜਾਂ ਕੋਈ ਉਹ ਸਿੰਪਟਮ ਜਿਹੜਾ ਉਹ ਆਮ ਹਾਲਤਾਂ 'ਚ ਨਹੀਂ ਦੇਖਦਾ ਜਾਂ ਕਿਸੇ ਦੇ ਕੰਟੈਕਟ ਵਿੱਚ ਆਇਆ, ਸ਼ੱਕੀ ਬੰਦੇ ਦੇ ਕੰਟੈਕਟ ਵਿੱਚ ਆਇਆ, ਉਸ ਦੀ ਉਹ ਆਪਣਾ ਆ ਕੇ ਸੈਂਪਲ ਦੇਵੇ ਤਾਂ ਕਿ ਡਿਜ਼ੀਜ਼ ਨੂੰ ਰੋਕਿਆ ਜਾ ਸਕੇ। ਬਹੁਤ ਸਾਰੇ ਲੋਕ ਮਾਸਕ ਦਾ ਪ੍ਰਯੋਗ ਸਹੀ ਤਰੀਕੇ ਨਾਲ ਨਹੀਂ ਕਰਦੇ, ਉਹ ਮਾਸਕ ਨੂੰ ਗੱਲ ਕਰਨ ਲੱਗੇ ਲਾ ਲੈਂਦੇ ਨੇ ਜਾਂ ਉਹ ਮਾਸਕ ਨੂੰ ਠੋਲੀ 'ਚ ਲਾ ਕੇ ਰੱਖਦੇ ਨੇ, ਜਿਹੜਾ ਕਿ ਬਿਲਕੁਲ ਗਲਤ ਹੈ। ਜਦੋਂ ਅਸੀਂ ਗੱਲਬਾਤ ਕਰਨੀ ਆਪਸ ਵਿੱਚ ਸਾਡਾ ਮਾਸਕ ਲਾਉਣਾ ਚਾਹੀਦਾ ਔਰ ਸਾਡੀ ਖੁਰਦੀ ਦੇ ਉੱਤੇ ਮਾਸਕ ਨਹੀਂ ਹੋਣਾ ਚਾਹੀਦਾ। ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੀਏ, ਜੇ ਕੋਈ ਕੇਸ ਆਉਂਦਾ ਤਾਂ ਉਹਨੂੰ ਟੈਸਟ ਕਰਕੇ ਆਈਸੋਲੇਟ ਕਰੀਏ, ਜੇ ਕੋਈ ਕੰਟੈਕਟ 'ਚ ਆਉਂਦਾ ਤਾਂ ਉਹਨੂੰ ਕੁਆਰੰਟਾਈਨ ਕਰੀਏ। ਜੇ ਅਸੀਂ ਇਹ ਸਾਰੇ ਤਰੀਕੇ ਅਪਣਾਏ ਅਸੀਂ ਡਿਜ਼ੀਜ਼ ਨੂੰ ਕੰਟਰੋਲ ਕਰਨ ਵਿੱਚ ਸਕਸ਼ਮ ਹੋਵਾਂਗੇ। ਅਰਜੁਨ ਸਾਹਿਬ ਸਾਡੇ ਵੱਲੋਂ ਸੁਪਰਵੀਜ਼ਨ ਦਿੰਦੇ, ਜੇ ਉਹ 14 ਦਿਨ ਵਾਸਤੇ ਕੁਆਰੰਟਾਈਨ ਦੇ, ਜੇ ਕੋਈ ਸਿਮਟਮ ਡਿਵੈਲਪ ਹੁੰਦਾ ਤਾਂ ਅਸੀਂ ਉਹਨਾਂ ਨੂੰ ਹੋਸਪਿਟਲ 'ਚ ਸ਼ਿਫਟ ਕਰਾਂਗੇ। ਜੇ ਉਹ ਠੀਕ ਰਹਿੰਦੇ ਨੇ ਉਹਨਾਂ ਨੂੰ ਅਸੀਂ ਹੋਮ ਕੁਆਰੰਟਾਈਨ ਹੈ। ਸਾਡੇ ਡਾਕਟਰ ਜੀ ਉਹਨਾਂ ਦਾ ਸਾਰਾ ਚੈੱਕਅਪ ਕੀਤਾ, ਉਹਨਾਂ ਦੇ ਜਿੰਨੇ ਪੈਰਾਮੀਟਰ ਨੇ ਉਹ ਸਾਰੇ ਬਿਲਕੁਲ ਨੋਰਮਲ ਚੱਲਦੇ।